ਅਰਵਿੰਦ ਕੇਜਰੀਵਾਲ ਜੋ ਅੱਜ ਤੱਕ ਦਾ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਹੈ। ਮਨੀਸ਼ ਸਿਸੋਦੀਆ ਦਾ ਤਾਂ ਅਸਤੀਫਾ ਲੈ ਲਿਆ, ਸਤਿੰਦਰ ਜੈਨ ਦਾ ਅਸਤੀਫਾ ਲੈ ਲਿਆ, ਖੁਦ ਕਿਉਂ ਨਹੀਂ ਦਿੰਦੇ? ਅੱਜ ਕੀ ਜੇਲ੍ਹ 'ਚੋਂ ਸਰਕਾਰ ਚੱਲਦੀ ਹੈ? ਅੱਜ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਦਿੱਲੀ ਦੇ ਵਿੱਚ, ਜਿਹੜੀ MCD ਦਿੰਦੀ ਹੈ ਉਹ ਵਰਦੀਆਂ ਸੌਰਵ ਭਾਰਦਵਾਜ ਨੇ ਕਿਹਾ ਜੀ ਕਮੇਟੀ ਬਣੇਗੀ, ਮੁੱਖ ਮੰਤਰੀ ਦੇ ਜੇਲ੍ਹ 'ਚੋਂ ਸਾਈਨ ਹੋਣਗੇ, ਫਿਰ ਮਿਲਣਗੀਆਂ। ਬੱਚੇ ਬਿਨਾਂ ਕਿਤਾਬਾਂ ਦੇ, ਬਿਨਾਂ ਵਰਦੀਆਂ ਦੇ ਅੱਜ ਜਿਹੜੇ ਨੇ ਸਫ਼ਰ ਕਰਦੇ ਪਏ ਨੇ, ਔਰ ਜਿਹੜਾ ਮੁੱਖ ਮੰਤਰੀ ਹੈ ਉਹ ਜੇਲ੍ਹ 'ਚ ਬੈਠਾ, ਸਰਕਾਰ ਨੂੰ ਖਤਮ ਕਰ ਦਿੱਤਾ। ਕੁੰਵਰ ਵਿਜੇ ਪ੍ਰਤਾਪ ਇਹਨਾਂ ਦੇ ਵਿਧਾਇਕ ਨੇ, ਉਹਨਾਂ ਨੇ ਸਿੱਧੇ ਆਰੋਪ ਲਾਏ ਰਾਘਵ ਚੱਡਾ 'ਤੇ ਕਿ ਰਾਘਵ ਚੱਡਾ ਦੇ ਬੰਦੇ ਇੱਥੇ ਡਰੱਗਸ ਦਾ ਕਾਰੋਬਾਰ ਕਰਦੇ ਨੇ, ਅਤੇ ਰਾਘਵ ਚੱਡਾ ਭੱਜ ਗਏ ਲੰਡਨ, ਕਿਉਂਕਿ ਇਹਨੂੰ ਪਤਾ ਅਸਤੀਫਾ ਦੇਣ ਤੋਂ ਪਹਿਲੇ ਹੀ ਇਹਦੀ ਸਰਕਾਰ ਖਤਮ ਹੋ ਜਾਣੀ ਹੈ। ਅੱਜ ਦੀ ਡੇਟ ਦੇ ਵਿੱਚ ਕੁਰਸੀ ਦਾ ਮੂੰਹ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਲੱਗਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਬਹੁਤ ਲੋਕ ਸੰਪਰਕ ਵਿੱਚ ਨੇ, ਛੱਡ ਛੱਡ ਕੇ ਆ ਰਹੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਡੁੱਬਦਾ ਜਹਾਜ਼ ਹੈਗਾ। 5 ਸਾਲ ਤੋਂ ਕਾਂਗਰਸ ਦੀ ਕਾਰਪੋਰੇਸ਼ਨ ਰਹੀ, ਇਹ ਜਿੰਨੇ ਮੁੱਦੇ ਤੁਸੀਂ ਕਹੇ ਨਗਰ ਨਿਗਮ ਦੇ ਨੇ, ਉਸ ਨਗਰ ਨਿਗਮ ਨੇ ਕੁਛ ਨਹੀਂ ਕੀਤਾ, ਸ਼ਹਿਰ ਬਰਬਾਦ ਕਰਤਾ ਕਾਂਗਰਸ ਦੇ ਨਗਰ ਨਿਗਮ ਨੇ। ਭਗਵੰਤ ਜੀ, ਤੁਸੀਂ ਨੀਂਦ 'ਚੋਂ ਜਾਗੋ ਔਰ ਹੋਸ਼ ਹੀ ਚਾਹੋ, ਇਹ ਸਟੇਟਮੈਂਟ ਦੇਣ ਤੋਂ ਪਹਿਲੇ ਆਪਣਾ ਪਿਛੋਕੜ ਦੇਖੋ ਕਿ ਤੁਹਾਡਾ ਜਨਤਾ ਨੇ ਕੀ ਹਾਲ ਕੀਤਾ। ਹਾਲਾਂ ਨੇ BJP ਦੇ ਪ੍ਰਦੇਸ਼, ਸਾਬਕਾ ਪ੍ਰਦੇਸ਼ ਅਧਿਕਸ਼ ਸ਼ਵੇਤ ਮਲਿਕ ਰਾਜਸਭਾ ਦੇ ਸਾਂਸਦ ਵੀ ਰਹਿ ਚੁੱਕੇ ਨੇ, ਅੱਜ ਪ੍ਰੈਸ ਕਾਨਫਰੰਸ ਇਹਨਾਂ ਵੱਲੋਂ ਬੁਲਾਈ ਗਈ ਹੈ। ਮਲਿਕ ਸਾਹਿਬ, ਅੱਜ ਮੇਨ ਮੁੱਦਾ ਕੀ ਸੀ? ਅੱਜ ਪ੍ਰੈਸ ਕਾਨਫਰੰਸ ਤੁਸੀਂ ਬੁਲਾਈ? ਐਸਾ ਹੈ ਜੀ ਕਿ ਅਰਵਿੰਦ ਕੇਜਰੀਵਾਲ ਜੋ ਅੱਜ ਤੱਕ ਦਾ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਹੈ, ਔਰ ਅਰਵਿੰਦ ਕੇਜਰੀਵਾਲ ਜਿਹੜਾ ਕਿ ਇੱਕ ਅੰਦੋਲਨ 'ਚੋਂ ਨਿਕਲਿਆ, ਅੰਨਾ ਹਜ਼ਾਰੇ ਜੀ ਬਜ਼ੁਰਗ ਸੀਗੇ ਔਰ ਉਸ ਅੰਦੋਲਨ 'ਚੋਂ ਨਿਕਲ ਕੇ ਲਾਭ ਲੈ ਲਿਆ ਅੰਦੋਲਨ ਦਾ, ਔਰ ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਕਰ ਰਹੇ ਸੀ, ਵਿਚਾਰੇ ਦੇਸ਼ ਭਗਤ ਨੇ ਅੰਨਾ ਹਜ਼ਾਰੇ ਜੀ, ਇਹਨਾਂ ਨੇ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਬਣਾ ਲਈ। ਅੰਨਾ ਹਜ਼ਾਰੇ ਜੀ ਨੇ ਉਦੋਂ ਵੀ ਵਿਰੋਧ ਕੀਤਾ ਕਿ ਇਹ ਨਹੀਂ ਬਣਨੀ ਚਾਹੀਦੀ, ਉਸ ਤੋਂ ਬਾਅਦ ਇਹ ਭ੍ਰਿਸ਼ਟਾਚਾਰੀ ਖਾਸ ਆਦਮੀ ਬਣ ਗਏ, ਔਰ ਇਹਨਾਂ ਦੇ ਸਾਰੇ ਹੀ ਸਾਥੀਆਂ ਨੇ ਜਦੋਂ ਦੇਖਿਆ ਕਿ ਅਰਵਿੰਦ ਕੇਜਰੀਵਾਲ ਤੋਂ ਉਹਦੇ ਸਾਥੀ ਭ੍ਰਿਸ਼ਟਾਚਾਰੀ ਹੋ ਗਏ ਨੇ, ਉਹ ਛੱਡ ਕੇ ਚਲੇ ਗਏ। ਪ੍ਰਸ਼ਾਂਤ ਭੂਸ਼ਣ ਜੀ ਜਿਹੜੇ ਸੁਪਰੀਮ ਕੋਰਟ ਦੇ, ਅੱਜ ਹਾਈਕੋਰਟ ਨੇ ਇੱਕ ਬੜੀ ਟਿੱਪਣੀ, ਉਹੀ ਤੁਹਾਨੂੰ ਦੱਸਣ ਲੱਗਾ, ਇਹਨਾਂ ਨੂੰ ਛੱਡ ਕੇ ਚਲੇ ਗਏ। ਸੋ ਅੱਜ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦਾ ਭਾਂਡਾ ਫੁੱਟਿਆ, ਔਰ ਜਿਹੜਾ 400 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਸੀ ਉਹਦੇ 'ਚ ਪਹਿਲੇ ਫੜਿਆ ਗਿਆ ਸਤਿੰਦਰ ਜੈਨ, 1.5-2 ਸਾਲ ਹੋ ਗਏ ਅੰਦਰ ਹੈ, ਜ਼ਮਾਨਤ ਨਹੀਂ ਹੋ ਰਹੀ। ਫਿਰ ਫੜਿਆ ਗਿਆ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, 1.5 ਸਾਲ ਤੋਂ ਕੋਰਟ ਜ਼ਮਾਨਤ ਨਹੀਂ ਲੈ ਰਹੀ, ਇੰਨੇ ਸਬੂਤ ਉਹਨਾਂ ਦੇ ਖਿਲਾਫ਼ ਨੇ, ਫਿਰ ਫੜੇ ਗਏ। ਅਰਵਿੰਦ ਕੇਜਰੀਵਾਲ ਕਦੀ ਭੱਜ ਜਾਂਦੇ ਸੀ ਕਿਸੇ ਪ੍ਰੋਗਰਾਮ 'ਚ, ਕਦੀ ਭੱਜ ਜਾਂਦੇ ਸੀ ਕਿਸੇ ਪ੍ਰੋਗਰਾਮ 'ਚ, ਜੇਲ੍ਹ 'ਚ ਜਾਣਾ ਪਿਆ, ਫਿਰ ਜੇਲ੍ਹ 'ਚ। ਹੁਣ ਮਨੀਸ਼ ਸਿਸੋਦੀਆ ਦਾ ਤਾਂ ਅਸਤੀਫਾ ਲੈ ਲਿਆ, ਸਤਿੰਦਰ ਜੈਨ ਦਾ ਅਸਤੀਫਾ ਲੈ ਲਿਆ, ਖੁਦ ਕਿਉਂ ਨਹੀਂ ਦਿੰਦੇ? ਅੱਜ ਕੀ ਜੇਲ੍ਹ 'ਚੋਂ ਸਰਕਾਰ ਚੱਲਦੀ ਹੈ? ਚਿਪਕੇ ਬੈਠੇ ਨੇ ਪਾਵਰ ਨਾਲ, ਜਿਹੜੇ ਕਹਿੰਦੇ ਸੀ ਮੈਂ ਆਮ ਆਦਮੀ ਹਾਂ। ਅੱਜ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਦਿੱਲੀ ਦੇ ਵਿੱਚ, ਜਿਹੜੀ MCD ਦਿੰਦੀ ਹੈ ਉਹ ਵਰਦੀਆਂ ਸੌਰਵ ਭਾਰਦਵਾਜ ਨੇ ਕਿਹਾ ਜੀ ਕਮੇਟੀ ਬਣੇਗੀ, ਮੁੱਖ ਮੰਤਰੀ ਦੇ ਜੇਲ੍ਹ 'ਚੋਂ ਸਾਈਨ ਹੋਣਗੇ, ਫਿਰ ਮਿਲਣਗੀਆਂ। ਬੱਚੇ ਬਿਨਾਂ ਕਿਤਾਬਾਂ ਦੇ, ਬਿਨਾਂ ਵਰਦੀਆਂ ਦੇ
ਅੱਜ ਜਿਹੜੇ ਨੇ ਸਫ਼ਰ ਕਰਦੇ ਪਏ ਨੇ, ਔਰ ਜਿਹੜਾ ਮੁੱਖ ਮੰਤਰੀ ਹੈ ਉਹ ਜੇਲ੍ਹ 'ਚ ਬੈਠਾ, ਸਰਕਾਰ ਨੂੰ ਖਤਮ ਕਰ ਦਿੱਤਾ। ਇਹ ਨੀਰੋ ਜਿਹੜੇ ਨੇ ਆਮ ਆਦਮੀ ਪਾਰਟੀ ਦੇ, ਇਹ ਬੰਸਰੀ ਵਜਾ ਰਹੇ ਨੇ ਔਰ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ। ਔਰ ਤੁਸੀਂ ਦੇਖਿਆ ਇਹਨਾਂ ਦਾ MP ਰਾਘਵ ਚੱਡਾ, ਉਹ ਵੀ ਭ੍ਰਿਸ਼ਟਾਚਾਰ ਤੋਂ ਬਚਦਾ ਹੋਇਆ, ਰਾਘਵ ਚੱਡਾ ਕੁੰਵਰ ਵਿਜੇ ਪ੍ਰਤਾਪ ਇਹਨਾਂ ਦੇ ਵਿਧਾਇਕ ਨੇ, ਉਹਨਾਂ ਨੇ ਸਿੱਧੇ ਆਰੋਪ ਲਾਏ ਰਾਘਵ ਚੱਡਾ 'ਤੇ ਕਿ ਰਾਘਵ ਚੱਡਾ ਦੇ ਬੰਦੇ ਇੱਥੇ ਡਰੱਗਸ ਦਾ ਕਾਰੋਬਾਰ ਕਰਦੇ ਨੇ, ਅਤੇ ਰਾਘਵ ਚੱਡਾ ਭੱਜ ਗਏ ਲੰਡਨ। ਚੁਣਾਵ ਚੱਲ ਰਿਹਾ ਔਰ MP ਜਿਹੜਾ ਰਾਘਵ ਚੱਡਾ ਉਹ ਲੰਡਨ 'ਚ ਬੈਠਾ ਹੋਇਆ। ਮਲਿਕ ਸਾਹਿਬ, ਇਹ ਸਾਰੀ ਗੱਲ ਇਹ ਕਿਉਂ ਕਹਿੰਦੇ ਨੇ ਫਿਰ ਸੰਵਿਧਾਨ ਨੂੰ ਬਦਲ ਦੇਗੀ BJP? ਆਰੋਪ ਲਗਾ ਰਹੇ ਨੇ ਅਤੇ ਕਹਿੰਦੇ ਵੀ ਲੋਕਤੰਤਰ ਦਾ ਕਤਲ ਕਰ ਰਹੇ BJP, ਆਮ ਆਦਮੀ ਪਾਰਟੀ ਵਾਲੇ ਹਮੇਸ਼ਾ ਆਰੋਪ ਲਗਾਉਂਦੇ ਆ। ਸੰਵਿਧਾਨ ਦਾ ਨਿਰਾਦਰ ਕਿੰਨੇ ਕੀਤਾ? ਅੱਜ ਸੰਵਿਧਾਨ ਮੁਤਾਬਕ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ। ਕੋਈ ਹੋਰ ਮੁੱਖ, ਹੁਣ ਜਿਸ ਤਰ੍ਹਾਂ ਸ਼ਿਬੂ ਸੋਰਨ ਵੀ ਫੜਿਆ ਗਿਆ ਝਾਰਖੰਡ ਦਾ ਭ੍ਰਿਸ਼ਟਾਚਾਰੀ, ਜਿਹਨੇ ਅਸਤੀਫਾ, ਸੁਣੋ ਅਸਤੀਫਾ ਹੇਮੰਤ ਸੋਰੇਨ ਜੀ, ਹੇਮੰਤ ਸੋਰੇਨ ਫੜਿਆ, ਹੇਮੰਤ ਸੋਰਨ ਉਹਦਾ ਲੜਕਾ, ਅਤੇ ਅੱਜ ਉਹਨੇ ਅਸਤੀਫਾ ਦਿੱਤਾ ਨਾ। ਇਹ ਅਸਤੀਫਾ ਕਿਉਂ ਨਹੀਂ ਦੇ ਰਿਹਾ? ਕਿਉਂਕਿ ਉਹਨੂੰ ਪਤਾ ਅਸਤੀਫਾ ਦੇਣ ਤੋਂ ਪਹਿਲੇ ਹੀ ਇਹਦੀ ਸਰਕਾਰ ਖਤਮ ਹੋ ਜਾਣੀ ਹੈ। ਅੱਜ ਦੀ ਡੇਟ ਦੇ ਵਿੱਚ ਕੁਰਸੀ ਦਾ ਮੂੰਹ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਲੱਗਾ ਹੋਇਆ ਹੈ। ਔਰ ਸੰਵਿਧਾਨ, ਇਹ ਕਹਿੰਦੇ ਨੇ ਸਾਡੇ 'ਤੇ BJP ਨੇ ਅੱਤਿਆਚਾਰ, ਕਿ BJP ਕਿੱਥੇ ਹੈ? ਇਹ ਤਾਂ ਅਦਾਲਤ ਹੈ, ਅਦਾਲਤ ਦੇ ਵਿੱਚ ਜੱਜ ਹੁੰਦੇ ਨੇ। ਸੰਵਿਧਾਨ ਹੈ ਜਿਹੜਾ ਕਿ ਡਾਕਟਰ ਅੰਬੇਦਕਰ ਸਾਹਿਬ ਨੇ ਲਿਖਿਆ, ਜਿਹਨਾਂ ਦੀ ਫੋਟੋ ਪਿੱਛੇ ਲਾਈ ਹੋਈ ਹੈ। ਇਹਦਾ ਮਤਲਬ ਸੰਵਿਧਾਨ ਗਲਤ ਹੈ, ਇਹਦਾ ਮਤਲਬ ਜੱਜ ਗਲਤ ਨੇ। ਇਹਨਾਂ ਦੀ ਜ਼ਮਾਨਤਾਂ ਇਸ ਕਰਕੇ ਨਹੀਂ ਹੋ ਰਹੀਆਂ ਕਿ ਸਬੂਤ ਬੜੇ ਤਗੜੇ ਨੇ, ਅਦਾਲਤਾਂ ਸਮਝਦੀਆਂ ਜੇ ਬਾਹਰ ਗਏ ਸਬੂਤਾਂ ਨਾਲ ਛੇੜਛਾੜ ਕਰਨਗੇ। ਇਸ ਕਰਕੇ ਇਹ ਭ੍ਰਿਸ਼ਟਾਚਾਰੀ ਅਪਰਾਧੀਆਂ ਦੀ ਆਮ ਆਦਮੀ ਪਾਰਟੀ ਦੇ ਜ਼ਮਾਨਤਾਂ ਨਹੀਂ ਹੋ ਰਹੀ। ਮਲਿਕ ਸਾਹਿਬ, ਕੋਈ BJP ਦੇ ਸੰਪਰਕ 'ਚ ਹੈਗੇ ਨੇ ਆਮ ਆਦਮੀ ਪਾਰਟੀ ਦੇ ਕੁਛ ਵਿਧਾਇਕ ਜਾਂ ਲੀਡਰ? ਨਹੀਂ, ਆਮ ਆਦਮੀ ਪਾਰਟੀ ਦੇ ਬਹੁਤ ਲੋਕ ਸੰਪਰਕ 'ਚ ਨੇ, ਛੱਡ ਛੱਡ ਕੇ ਆ ਰਹੇ ਨੇ। ਉਹਨਾਂ ਨੂੰ ਪਤਾ ਲੱਗ ਰਿਹਾ ਡੁੱਬਦਾ ਜਹਾਜ਼ ਹੈਗਾ, ਇਸ ਕਰਕੇ ਆ ਰਹੇ ਨੇ ਭਾਜਪਾ। ਮਲਿਕ ਸਾਹਿਬ, ਪੰਜਾਬ ਦੇ ਕਿਹੜੇ ਮੁੱਦਿਆਂ 'ਤੇ ਤੁਸੀਂ ਸਮਝਦੇ ਹੋ ਕਿ BJP ਇਲੈਕਸ਼ਨ ਲੜ ਰਹੀ ਹੈ ਜੀ? ਐਸਾ ਹੈ ਕਿ ਪੰਜਾਬ ਦਾ ਵਿਕਾਸ, BJP ਦਾ ਤਾਂ ਕੇਵਲ ਇੱਕੋ ਹੀ ਨਾਰਾ ਹੈ, ਵਿਕਾਸ। ਔਰ ਹਰ ਵਿਅਕਤੀ ਦੇ ਘਰ ਤੱਕ ਸੁਵਿਧਾ, ਜਿਹੜੀ ਦੀਨ ਦਿਆਲ ਉਪਾਧਿਆਏ ਜੀ ਸਾਡੇ ਪ੍ਰਧਾਨ ਸੀ, ਅੰਤਦਿਓ, ਕਿ ਆਖਰੀ ਬੰਦਾ ਜਿਹੜਾ ਲਾਈਨ 'ਚ ਖੜਿਆ ਉਹਨੂੰ ਸੁਵਿਧਾ ਮਿਲਣੀ ਚਾਹੀਦੀ ਹੈ, ਉਹ ਮੋਦੀ ਜੀ ਨੇ ਦੇਸ਼ 'ਚ ਦਿੱਤੀ, ਪੰਜਾਬ 'ਚ ਵੀ ਦਿੱਤੀ ਹੈ। ਘਰ ਘਰ ਸਿਲੰਡਰ ਪਹੁੰਚੇ, ਘਰ ਘਰ ਬਿਜਲੀ ਪਹੁੰਚੀ, ਘਰ ਘਰ ਪਾਣੀ ਪਹੁੰਚ ਰਿਹਾ। ਅੱਜ GST ਕਰਕੇ ਵਨ ਨੇਸ਼ਨ ਵਨ ਟੈਕਸ। ਮਲਿਕ ਸਾਹਿਬ, ਲੋਕ ਮੂਲਭੂਤ ਜਿਹੜੀ ਬੇਸਿਕ ਜਿਹੜੀਆਂ ਸੁਵਿਧਾਵਾਂ ਉਹ ਲੋਕਾਂ ਕੋਲ ਹੈ ਨਹੀਂ। ਖੰਡਵਾਲੇ 'ਚ ਇੱਕ ਮਹਿਲਾ ਦਾ ਆਪਣੇ ਇੱਕ MP ਕੈਂਡੀਡੇਟ ਨੂੰ ਕਹਿਣਾ ਵੀ ਦੇਖੋ ਮੇਰੇ ਘਰੋਂ ਬੋ ਆਉਂਦੀ ਹੈ, ਸੀਵਰੇਜ ਦਾ ਪਾਣੀ ਬੋ ਮਾਰਦਾ, ਲੋਕਾਂ ਨੂੰ ਤੁਸੀਂ ਵੀ ਮੇਰ ਰਹੇ ਹੋ, ਪੀਣ ਨੂੰ ਪਾਣੀ ਨਹੀਂ ਮਿਲ ਰਿਹਾ, ਸੀਵਰੇਜ ਹੈ ਨਹੀਂ ਲੋਕਾਂ ਦੇ ਕੋਲ, ਹੋਰ ਵੀ ਕਈ ਸਾਰੇ ਮੁੱਦੇ ਨੇ ਪੰਜਾਬ ਦੇ, ਉਹ ਗਾਇਬ ਨੇ ਇਸ ਵਾਰੀ। ਜਦੋਂ ਮੈਂ ਮੇਅਰ ਰਿਹਾ ਸੀਗਾ ਤਾਂ 600 ਕਰੋੜ ਨਾਲ JBIC ਦਾ ਸੀਵਰੇਜ ਪਾਇਆ ਸੀਗਾ, ਜਿਹੜਾ ਕਿ ਫਤਿਹਪੁਰ ਤੋਂ ਲੈ ਕੇ ਵੇਰਕੇ ਤੱਕ ਗਿਆ ਸੀਗਾ। ਐਲੀਵੇਟਿਡ ਰੋਡ ਬਣਾਈ ਸੀ, ਮੇਰੇ ਤੋਂ ਪਹਿਲੇ ਕਾਂਗਰਸ ਦੇ ਮੇਅਰ ਸੀ, ਉਹਨਾਂ ਨੇ 47 ਕਰੋੜ ਦਾ ਵਿਕਾਸ ਕਰਾਇਆ ਸੀ, ਮੈਂ 1600 ਕਰੋੜ ਦਾ ਵਿਕਾਸ ਕਰਾਇਆ ਸੀ। ਹੁਣ ਉੱਤਰਦਾਈ ਕੌਣ ਹੈ? ਤੁਹਾਡਾ ਪ੍ਰਸ਼ਨ ਦਾ ਉੱਤਰ ਦੇਣ ਲੱਗਾ, 5 ਸਾਲ ਤੋਂ ਕਾਂਗਰਸ ਦੀ ਕਾਰਪੋਰੇਸ਼ਨ ਰਹੀ। ਇਹ ਜਿੰਨੇ ਮੁੱਦੇ ਤੁਸੀਂ ਕਹੇ ਨਗਰ ਨਿਗਮ ਦੇ ਨੇ, ਉਸ ਨਗਰ ਨਿਗਮ ਨੇ ਕੁਛ ਨਹੀਂ ਕੀਤਾ, ਸ਼ਹਿਰ ਬਰਬਾਦ ਕਰਤਾ ਕਾਂਗਰਸ ਦੇ ਨਗਰ ਨਿਗਮ ਨੇ। ਉਹ ਕਾਂਗਰਸ ਦਾ ਹੀ ਨਗਰ ਨਿਗਮ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ। ਅੱਜ ਆਮ ਆਦਮੀ ਪਾਰਟੀ ਦੇ ਵੀ 2 ਸਾਲ ਬੀਤ ਗਏ, ਉਸ ਤੋਂ ਮਾੜਾ ਹਾਲ ਸ਼ਹਿਰ ਦਾ ਹੋ ਗਿਆ। ਸੋ ਇਹਦਾ ਉੱਤਰ ਜਾਂ ਤਾਂ ਕਾਂਗਰਸ ਪਾਰਟੀ ਦੇਵੇਗੀ ਜਿਹਦਾ ਨਗਰ ਨਿਗਮ ਸੀ, ਜਾਂ ਆਮ ਆਦਮੀ ਪਾਰਟੀ ਦੇਵੇਗੀ ਜਿਹੜੇ 7 ਸਾਲ ਤੋਂ ਅੰਮ੍ਰਿਤਸਰ ਦਾ ਨਗਰ ਨਿਗਮ ਚਲਾ ਰਹੇ ਨੇ। ਔਰ ਆਮ ਆਦਮੀ ਪਾਰਟੀ ਦੇ ਡਰ ਦੀ ਹੋਰ ਗੱਲ ਦੱਸਦਿਆਂ, ਨਗਰ ਨਿਗਮ ਦੇ ਚੁਣਾਵ ਹੀ ਨਹੀਂ ਕਰਾ ਪਏ 1.5 ਸਾਲ ਤੋਂ, ਡਰਦੇ ਕਿ ਇਹਨਾਂ ਨੂੰ ਪਤਾ ਸੀ ਕਿ ਹਾਰ ਜਾਵਾਂਗੇ। ਇਸ ਕਰਕੇ ਪਹਿਲੀ ਵਾਰੀ ਹੋਇਆ ਕਿ 1.5 ਸਾਲ ਤੋਂ ਨਗਰ ਨਿਗਮ ਜਿਹੜਾ ਹੈ ਉਹਦਾ ਚੁਣਾਵ ਹੀ ਨਹੀਂ ਹੋਇਆ।
ਉਹ ਅਫਸਰਸ਼ਾਹੀ ਜਿਹੜੀ ਹੈ ਉਹ ਨਗਰ ਨਿਗਮ ਨੂੰ ਚਲਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ 13-0 ਅਤੇ ਉਹਨਾਂ ਨੇ ਕੱਲ੍ਹ ਜਲੰਧਰ 'ਚ ਜਦੋਂ ਰੈਲੀ ਕੱਢੀ ਅਤੇ ਸੁਸ਼ੀਲ ਰਿੰਕੂ ਨੂੰ ਗੱਦਾਰ ਕਿਹਾ, ਜਿਹੜੇ ਕਿ ਹੁਣ ਬੀਜੇਪੀ ਦੇ ਸੀਟ ਤੋਂ ਲੜ ਰਹੇ ਨੇ ਲੋਕ ਸਭਾ ਚੁਣਾਵ ਜਲੰਧਰ 'ਚੋਂ। ਸ਼ੇਖ ਚਿੱਲੀ ਕੇ ਹਸੀਨ ਸਪਨੇ, ਭਗਵੰਤ ਮਾਨ ਜੀ ਦਾ ਉਹ ਮਾਨ ਜੀ ਨੇ ਸਾਰੇ ਦੇਸ਼ 'ਚ ਗਏ, ਉਹ ਛੱਤੀਸਗੜ੍ਹ ਵੀ ਗਏ ਸੀਗੇ ਚੁਣਾਵ ਵਿੱਚ, ਉਹ ਮੱਧ ਪ੍ਰਦੇਸ਼ ਵੀ ਗਏ ਸੀ ਚੁਣਾਵ ਵਿੱਚ, ਇਹੀ ਕਹਿੰਦੇ ਸੀ, ਔਰ ਉਹ ਰਾਜਸਥਾਨ ਵੀ ਗਏ ਸੀ ਚੁਣਾਵ ਵਿੱਚ। ਤੁਹਾਨੂੰ ਪਤਾ ਕਿ ਇਹਨਾਂ ਦੇ ਸਾਰੇ ਹੀ ਕੈਂਡੀਡੇਟਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ, ਔਰ ਵੋਟ ਕਿੰਨੇ ਮਿਲੇ? ਨੋਟਾ ਤੋਂ ਵੀ ਘੱਟ ਵੋਟ ਉਹ ਤਿੰਨ ਚੁਣਾਵਾਂ 'ਚ ਆਮ ਆਦਮੀ ਪਾਰਟੀ ਨੂੰ ਮਿਲੇ। ਸੋ ਭਗਵੰਤ ਜੀ, ਤੁਸੀਂ ਨੀਂਦ 'ਚੋਂ ਜਾਗੋ ਔਰ ਹੋਸ਼ ਹੀ 'ਚ ਆਓ। ਇਹ ਸਟੇਟਮੈਂਟ ਦੇਣ ਤੋਂ ਪਹਿਲੇ ਆਪਣਾ ਪਿਛੋਕੜ ਦੇਖੋ ਕਿ ਤੁਹਾਡਾ ਜਨਤਾ ਨੇ ਕੀ ਹਾਲ ਕੀਤਾ। ਅੱਜ ਪੰਜਾਬ ਦੀ ਜਨਤਾ 1 ਤਰੀਕ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਝਾੜੂ ਦਾ ਸਫਾਇਆ ਕਰਤਾ ਜਾਏ ਪੰਜਾਬ 'ਚੋਂ, ਕਦੋਂ ਪੰਜੇ ਦਾ ਸਫਾਇਆ ਕਰਤਾ ਜਾਏ ਪੰਜਾਬ 'ਚੋਂ, ਕਦੋਂ ਤੱਕੜੀ ਦਾ ਸਫਾਇਆ ਕਰਤਾ ਜਾਏ ਪੰਜਾਬ 'ਚੋਂ, ਔਰ ਕਮਲ ਦਾ ਫੁੱਲ ਖਿਲਾਇਆ ਜਾਏ ਪੰਜਾਬ 'ਚ। ਇਹ ਵੀ ਆਰੋਪ ਲੱਗ ਰਹੇ ਜੀ ਬੀਜੇਪੀ ਦੂਸਰੀ ਥਾਵਾਂ ਤੋਂ ਕੈਂਡੀਡੇਟ ਲੈ ਕੇ ਰਹੀ, ਜਿਵੇਂ ਮਹਾਰਾਣੀ ਪ੍ਰਨੀਤ ਕੌਰ ਹੋ ਗਏ ਕਾਂਗਰਸ 'ਚੋਂ ਆਏ, ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਤੋਂ ਆਏ, ਹੋਰ ਵੀ ਐਸੇ ਸਾਂਪਲਾ ਸਾਹਿਬ ਨਾਰਾਜ਼ ਚੱਲ ਰਹੇ ਹੈ। ਨਹੀਂ, ਕੋਈ ਨਾਰਾਜ਼ ਨਹੀਂ ਚੱਲ ਰਿਹਾ, ਸਾਂਪਲਾ ਜੀ ਪੂਰਾ ਚੁਣਾਵ ਅਭਿਆਨ ਦੇ ਵਿੱਚ ਭਾਗ ਲੈ ਰਹੇ ਨੇ ਵਿਜੇ ਜੀ, ਔਰ ਜਿਹੜੇ ਕੈਂਡੀਡੇਟ ਨੇ, ਐਸਾ ਕਿ ਭਾਜਪਾ ਹੁਣ ਵੱਡਾ ਪਰਿਵਾਰ, ਪਹਿਲੇ ਤਾਂ ਥੋੜ੍ਹੀਆਂ ਸੀਟਾਂ ਦੇ 23 ਸੀਟਾਂ ਦੇ ਉੱਤੇ ਵਿਧਾਨ ਸਭਾ ਲੜਦੇ ਸੀ ਔਰ 3 ਸੀਟਾਂ 'ਤੇ ਅਸੀਂ ਲੋਕ ਸਭਾ ਲੜਦੇ ਸੀ, ਪਰ ਅੱਜ ਅਸੀਂ 117 ਸੀਟਾਂ 'ਤੇ ਵਿਧਾਨ ਸਭਾ ਲੜਨ ਜਾ ਰਹੇ ਹਾਂ, 13 ਦੀ 13 ਲੋਕ ਸਭਾ ਸੀਟਾਂ ਜਿੱਤਣ ਜਾ ਰਹੇ ਹਾਂ। ਸੋ ਉਸ ਕਰਕੇ ਪਰਿਵਾਰ ਵੱਡਾ ਹੋ ਰਿਹਾ। ਇਹਨਾਂ ਪਾਰਟੀਆਂ ਤੋਂ ਅੱਕ ਕੇ ਕੁੰਵਰ ਵਿਜੇ ਪ੍ਰਤਾਪ ਜੀ ਵਰਗੇ ਬੰਦੇ ਜਿਹੜੇ ਕਿ ਖੱਪ ਕੇ ਖਿੱਚ ਕੇ ਅੱਜ ਉਹ ਬੀਜੇਪੀ ਦੀ ਵਿਚਾਰਧਾਰਾ ਉਹਨਾਂ ਨੂੰ ਪਸੰਦ ਆਈ ਹੈ ਕਿ ਰਾਸ਼ਟਰਵਾਦੀ ਬੀਜੇਪੀ ਦੇ ਲੋਕ ਨੇ, ਉਹ ਖੁਦ ਸ਼ਾਮਿਲ ਹੋਏ ਨੇ, ਅਨਕੰਡੀਸ਼ਨਲ ਸ਼ਾਮਿਲ ਹੋਏ ਨੇ, ਬੀਜੇਪੀ ਸਾਰੇ ਹੀ ਅਨਕੰਡੀਸ਼ਨਲ ਸ਼ਾਮਿਲ ਹੋਏ ਨੇ, ਕੋਈ ਸ਼ਰਤ 'ਤੇ ਨਹੀਂ ਆਇਆ। ਅਤੇ ਬੀਜੇਪੀ ਦਾ ਮੁੱਖ ਮੁਕਾਬਲਾ ਪੰਜਾਬ ਦੇ ਵਿੱਚ ਕਿਹਦੇ ਨਾਲ ਹੈ ਅਤੇ ਕਿੰਨੀਆਂ ਸੀਟਾਂ ਉਮੀਦ ਕਰਦੇ ਹੋ ਕਿ ਬੀਜੇਪੀ ਦੀਆਂ ਆਉਣਗੀਆਂ ਪੰਜਾਬ 'ਚ? ਨਹੀਂ, ਐਸਾ ਮੁਕਾਬਲਾ ਤਾਂ ਬੀਜੇਪੀ ਦੇ ਜਿੱਤਣ ਜਾ ਰਹੀ ਹੈ, ਮੁਕਾਬਲਾ ਹਰਨ ਦਾ ਹੈ ਤਿੰਨ ਪਾਰਟੀਆਂ 'ਚ ਹੈ ਕਿ ਕਿਹੜੀ ਕਿੰਨੇ ਵੋਟਾਂ ਤੋਂ ਹਰਦੀ ਹੈ, ਉਹ ਅਕਾਲੀ ਦਲ ਹੈ, ਉਹ ਕਾਂਗਰਸ ਹੈ ਅਤੇ ਆਮ ਆਦਮੀ ਪਾਰਟੀ ਹੈ। ਇਹਨਾਂ ਦਾ ਹਰਨ ਦਾ ਮੁਕਾਬਲਾ ਜ਼ਰੂਰ ਚੱਲ ਰਿਹਾ, ਜਿੱਤਣ ਦਾ ਜਿਹੜਾ ਅੱਜ 400 ਕੇ ਪਾਰ ਅਬ ਕੀ ਬਾਰ ਔਰ ਤੀਸਰੀ ਵਾਰ ਮੋਦੀ ਸਰਕਾਰ, ਉਹ ਨਾਰਾ ਮੋਦੀ ਜੀ ਵਰਗਾ ਬੱਬਰ ਸ਼ੇਰ ਹੀ ਲਾ ਰਿਹਾ, ਇਹਨਾਂ 'ਚੋਂ ਕੀ ਨਾਰਾ ਲਾ ਰਿਹਾ, ਇਹਨਾਂ 'ਤੇ ਦਮ ਹੀ ਨਹੀਂ ਹੈ। ਨਾ ਕਾਂਗਰਸ ਨਾਰਾ ਲਾ ਰਹੀ ਹੈ ਦੇਸ਼ ਜੀ, ਔਰ ਆਮ ਆਦਮੀ ਪਾਰਟੀ ਇੱਥੇ ਇੱਕ ਦੂਜੇ ਨਾਲ ਗਾਲੋ ਗਾਲੀ ਹੁੰਦੇ ਨੇ ਕਾਂਗਰਸ ਨਾਲ ਪੰਜਾਬ ਦੇ ਵਿੱਚ, ਅਤੇ ਦਿੱਲੀ ਜਾ ਕੇ ਗਲਵਖੜੀ ਆ। ਇਹ ਕੋਈ ਪਾਰਟੀ ਹੈ? ਇਹ ਤਾਂ ਸੱਤਾ ਦੇ ਭੁੱਖੇ ਬੰਦੇ ਨੇ ਅੱਜ ਠੱਗ ਬੰਧਨ ਬਣਾ ਲਿਆ। ਮੋਦੀ ਜੀ ਦੀ ਸੁਨਾਮੀ ਤੋਂ ਡੁੱਬਣ ਤੋਂ ਡਰ ਕੇ ਭੰਡਾਰੀ ਸਾਹਿਬ ਅੱਜ ਇਹ ਲੋਕਾਂ ਨੇ ਹੱਥ ਪਾੜ ਲਏ ਨੇ ਕਿ ਡੁੱਬ ਨਾ ਜਾਈਏ, ਔਰ ਭਾਵੇਂ ਉਹ ਮਮਤਾ ਬੈਨਰਜੀ ਹੋਏ, ਭਾਵੇਂ ਉਹ ਤੇਜਸਵੀ ਯਾਦਵ ਹੋਏ, ਭਾਵੇਂ ਉਹ ਅਖਿਲੇਸ਼ ਯਾਦਵ ਹੋਏ, ਭਾਵੇਂ ਇਹਨਾਂ ਦਾ ਸਰਗਨਾ ਜਿਹੜਾ ਕਿ ਬਰਬਾਦ ਕਰਨ 'ਤੇ ਕਾਂਗਰਸ ਮੁਕਤ ਭਾਰਤ ਨੂੰ ਕਰਨ ਜਾ ਰਿਹਾ, ਉਹ ਰਾਹੁਲ ਗਾਂਧੀ ਹੋਏ, ਚਾਹੇ ਉਹ ਹੇਮੰਤ ਸੋਰਨ ਹੋਏ, ਇਹ ਸਾਰੇ ਠੱਗ ਬੰਧਨ ਦੇ ਨੇਤਾ, ਚਾਹੇ ਉਹ ਪਵਾਰ ਸਾਹਿਬ ਹੋਣ, ਸ਼ਰਦ ਪਵਾਰ, ਇਹ ਠੱਗ ਬੰਧਨ ਦੇ ਨੇਤਾ ਜਾਣਦੇ ਨੇ ਕਿ ਹੁਣ ਅਗਲਾ ਸਥਾਨ ਇਹਨਾਂ ਦਾ ਪਾਰਲੀਮੈਂਟ ਨਹੀਂ ਹੈ, ਅਗਲਾ ਸਥਾਨ ਇਹਨਾਂ ਦਾ ਜੇਲ੍ਹ ਹੈ, ਅਤੇ ਉਹ ਜੇਲ੍ਹ ਤੋਂ ਬਚਣ ਦੇ ਲਈ ਅੱਜ ਇਹ ਠੱਗ ਬੰਧਨ ਇਕੱਠਾ ਹੋਇਆ। ਇੱਕੋ ਸਵਾਲ ਹੋਰ ਮਲਿਕ ਸਾਹਿਬ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਜਿਹੜੇ NSA ਲੱਗੀ ਹੈ ਅਤੇ ਅਸਾਮ ਦੀ ਦਿਬੜੂਗੜ੍ਹ ਜੇਲ੍ਹ 'ਚ ਬੰਦ ਹੈ, ਉਹ ਆਜ਼ਾਦ ਉਮੀਦਵਾਰ ਤੋਂ ਇਲੈਕਸ਼ਨ ਲੜ ਰਹੇ ਹਨ, ਅਤੇ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਉਹਨਾਂ ਨੂੰ ਸਪੋਰਟ ਕਰੇਗਾ? ਨਹੀਂ, ਜੇ ਤਾਂ ਇਹ ਤਾਂ ਅਕਾਲੀ ਦਲ ਨੂੰ ਪੁੱਛੋ ਕਿ ਜੇ ਜਨਤਾ ਕਹਿ ਰਹੀ ਹੈ ਤਾਂ ਮੈਂ ਸਮਝਦਾ ਵਾਂ ਸੁਖਬੀਰ ਬਾਦਲ ਜੀ ਨੂੰ ਇਹਦਾ ਜਵਾਬ ਦੇਣਾ ਚਾਹੀਦਾ, ਸੱਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਉਹਨਾਂ ਦਾ ਕੀ ਸਟੈਂਡ ਹੈਗਾ ਇਸ ਇਸ਼ੂ ਦੇ ਉੱਤੇ। ਇਹ ਪ੍ਰਸ਼ਨ ਤਾਂ ਸੁਖਬੀਰ ਬਾਦਲ ਜੀ ਤੋਂ ਕਰਨਾ ਚਾਹੀਦਾ।
ਕਿੰਨੇ ਤੁਹਾਡੇ ਕੁਛ ਥਾਵਾਂ 'ਤੇ ਕੈਂਡੀਡੇਟਸ ਰਹਿੰਦੇ ਨੇ, ਕਦੋਂ ਐਲਾਨ ਦਿਓਗੇ? ਬਲਕਿ ਜਲਦੀ ਐਲਾਨ ਹੋ ਜਾਣਗੇ, ਕਿਉਂਕਿ ਸਾਡੇ ਮੰਥਨ ਹੁੰਦਾ, ਸਾਡੇ ਸਰਵੇ ਹੁੰਦਾ। ਅਸੀਂ ਚੁਣਾਵ ਜਿਹੜਾ ਚਰਿੱਤਰ 'ਤੇ ਲੜਨੇ ਹਾਂ, ਅਸੀਂ ਚੁਣਾਵ ਜਿਹੜਾ ਵਿਅਕਤੀ ਦੇ ਆਚਰਨ 'ਤੇ ਲੜਨੇ ਹਾਂ, ਅਸੀਂ ਚੁਣਾਵ ਜਿਹੜਾ ਵਿਅਕਤੀ ਦੇ ਵਿਵਹਾਰ 'ਤੇ ਲੜਨੇ ਹਾਂ। ਸੋ ਬੜੀ ਜਲਦੀ ਚੋਇਸ ਹੋ ਜਾਏਗੀ। ਹਰ ਗੱਲ ਲਈ ਕਾਂਗਰਸ ਜਾਂ ਦੂਜੀ ਪਾਰਟੀ ਹੀ ਜ਼ਿੰਮੇਦਾਰ ਕਿਉਂ? ਇਹ ਤਾਂ ਦੇਸ਼ ਨੇ ਜ਼ਿੰਮੇਦਾਰ ਠਹਿਰਾਤੀ ਹੈ, ਨਿਊਨਤਮ ਸੰਖਿਆ 'ਤੇ ਆ ਗਏ, ਅਸੀਂ ਥੋੜ੍ਹਾ ਜ਼ਿੰਮੇਦਾਰ ਹਾਂ? ਜ਼ਿੰਮੇਦਾਰ ਤਾਂ ਦੇਸ਼ ਹੈ ਜਿਹਨੇ ਇਹਨਾਂ ਨੂੰ ਪਰਖ ਲਿਆ ਅਤੇ ਬਾਅਦ ਹੀ ਘਰਾਂ 'ਚ ਬਿਠਾ ਦਿੱਤਾ। ਇਹ ਸਨ ਸ਼ਵੇਤ ਮਲਿਕ, BJP ਦੇ ਪ੍ਰਦੇਸ਼ ਦੇ ਅਧਿਆਕਸ਼ ਰਹਿ ਚੁੱਕੇ ਨੇ, ਰਾਜ ਸਭਾ ਸਾਂਸਦ ਵੀ ਰਹਿ ਚੁੱਕੇ ਨੇ। ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ BJP ਸਾਰੀਆਂ ਸੀਟਾਂ ਜਿਹੜੀਆਂ ਉਹ ਜਿੱਤਣ ਜਾ ਰਹੀ ਹੈ। ਹੁਣ ਵੇਖਣਾ ਤਾਂ ਕਿ 1 ਜੂਨ ਨੂੰ ਇਲੈਕਸ਼ਨ ਹੋਣੇ ਨੇ ਅਤੇ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਨੇ, ਅਤੇ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਮਿਲਣਗੀਆਂ? ਇਹਨਾਂ ਨੇ ਤਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਵੀ ਖਾਸੇ ਗੰਭੀਰ ਆਰੋਪ ਲਾਏ ਨੇ। ਇੱਕ ਮਲਿਕ ਸਾਹਿਬ, ਕਿ ਜਿਹੜੀ ਸ਼ਰਾਬ ਨੀਤੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਹੈ, ਪੰਜਾਬ ਦੀ ਸ਼ਰਾਬ ਨੀਤੀ ਜਿਹੜੀ ਹੈ ਉਸੇ ਤਰ੍ਹਾਂ 'ਤੇ ਬਣੀ ਹੈ ਜੀ? ਉਹ ਰੈਪਲੀਕਾ ਹੀ ਹੈ ਜੀ। ਪੰਜਾਬ ਦੇ ਵਿੱਚ ਇਹਨਾਂ ਦਾ ਕੰਮ ਹੈ ਆਪਣੇ ਪਰਿਵਾਰਾਂ ਦੀ ਜੇਬਾਂ ਭਰਨੀਆਂ, ਪਰਿਵਾਰਾਂ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਕਾਸ ਕਰਦੀ ਆਈ ਹੈ। ਇਹ ਦੇਸ਼ ਦਾ ਜਾਂ ਪੰਜਾਬ ਦਾ ਵਿਕਾਸ ਨਹੀਂ ਕਰਦੇ, ਇਹ ਆਪਣੇ ਪਰਿਵਾਰ ਦਾ ਵਿਕਾਸ ਕਰਦੇ ਨੇ। ਸੋ ਇੱਦਾਂ ਦੀਆਂ ਜਿੰਨੀਆਂ ਨੀਤੀਆਂ, ਤੁਸੀਂ ਦੇਖੋ ਪੰਜਾਬ, ਇਹਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ। ਅੱਜ ਰੇਤ ਮਾਫੀਆ ਪੰਜਾਬ ਸਰਕਾਰ 'ਤੇ ਹਾਵੀ ਹੈ, ਅੱਜ ਸ਼ਰਾਬ ਮਾਫੀਆ ਪੰਜਾਬ ਸਰਕਾਰ 'ਤੇ ਹਾਵੀ ਹੈ, ਅੱਜ ਡਰੱਗ ਮਾਫੀਆ ਪੰਜਾਬ ਸਰਕਾਰ 'ਤੇ ਹਾਵੀ ਹੈ, ਅੱਜ ਭੂਮੀ ਮਾਫੀਆ ਪੰਜਾਬ ਸਰਕਾਰ 'ਤੇ ਹਾਵੀ ਹੈ, ਅੱਜ ਆਤੰਕਵਾਦੀ ਪੰਜਾਬ ਸਰਕਾਰ 'ਤੇ ਹਾਵੀ ਨੇ। ਅੱਜ ਉਹ ਪੰਨੂ ਨੇ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਅਰਬਾਂ ਰੁਪਏ ਸਾਡੇ ਤੋਂ ਲੈ ਗਏ, ਇਹ ਕਹਿ ਕੇ ਕਿ ਸਾਡੀਆਂ ਸ਼ਰਤਾਂ ਪੂਰੀਆਂ ਕਰਨਗੇ, ਅੱਜ ਸਾਨੂੰ ਧੋਖਾ ਦਿੰਦੇ ਪਏ ਨੇ। ਬੰਦੀ ਸਿੰਘਾਂ ਨੂੰ ਤਾਂ ਮੋਦੀ ਸਾਹਿਬ ਨੇ ਛੱਡਿਆ। ਸੋ ਉਸ ਲਿਹਾਜ਼ ਦੇ ਨਾਲ ਇਹ ਪਾਰਟੀਆਂ ਠੱਗਬੰਧਨ ਦੇ ਮੈਂਬਰ ਨੇ, ਔਰ ਠੱਗੀ ਮਾਰਨ ਦੇ ਲਈ ਉਹ ਰਾਜਨੀਤੀ ਚ ਆਏ। ਹੁਣ ਫੈਸਲਾ ਜਨਤਾ ਨੇ ਲੈਣਾ ਹੈ। ਅੰਮ੍ਰਿਤਸਰ ਤੋਂ D4 ਯੂਨੀਵਰਸਿਟੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।